ਅਤੇ ਜਗਰਾਉਂ ਵਿੱਚ ਲੋਕ ਹੈਰਾਨ ਹੁੰਦੇ ਆ, ਦੇਖਦੇ ਆ, ਖੜ ਖੜ ਕੇ ਦੇਖਦੇ ਆ ਜਿਹਦੇ ਵੀ ਗੇੜੇ ਲਾਉਣੇ ਆ। ਲੋਕਾਂ ਦਾ ਰਿਐਕਸ਼ਨ ਬਹੁਤ ਦੇਖਣ ਨਾਲ ਯੋਗ ਦੇਖਣ ਯੋਗ ਹੁੰਦਾ। ਥੋੜ੍ਹਾ ਹੋਰ ਇੰਜਣ ਆਪਾਂ ਆਪਦਾ ਬਣਾਵਾਂਗੇ ਅਗਲੀ ਵਾਰ, ਅਤੇ ਥੋੜ੍ਹਾ ਜਿਹਾ ਹੌਲੀ ਹੌਲੀ ਕੰਮ ਆਪਾਂ ਸਾਰਾ ਇਹਦਾ ਕਰਾਵਾਂਗੇ, ਥੋੜ੍ਹਾ ਹੋਰ ਦੇਸੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਹੌਲਦਰਾਂ ਵੱਲੋਂ ਵੀਰੇ ਪਿਆਰ ਬਹੁਤ ਮਿਲ ਰਿਹਾ, ਕਿਉਂਕਿ ਮੈਂ ਹਜੇ ਤੱਕ ਇਹਦੇ ਵਿੱਚ 4-5 ਵੀਡੀਓ ਪਾਈਆਂ ਵਾਂ ਅਤੇ ਉਹ ਵੀ ਮਿਲੀਅਨ ਮਿਲੀਅਨ 'ਚ ਗਈਆਂ ਵਾਂ, ਬਹੁਤ ਲਾਈਕ ਆਉਂਦੇ ਆ। ਸ਼ਹਿਰ ਦੀ ਗੇੜੀ ਲੱਗਦੀ ਹੈ, ਜਗਰਾਉਂ ਦੀ ਗੇੜੀ ਲੱਗਦੀ ਹੈ, ਅਤੇ ਫਿਰ ਆਸੇ ਪਾਸੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਕਮੈਂਟ ਕਿਹੋ ਜਿਹੇ ਆਉਂਦੇ ਆ? ਲੋਕਾਂ ਦੇ ਕਮੈਂਟ ਵੀਰੇ ਬਹੁਤ ਵਧੀਆ ਹੁੰਦੇ ਆ। ਜਿਵੇਂ ਕੋਈ ਲੋਕ ਲੰਘਦਾ ਟੱਪਦਾ ਅਗਲਾ ਰੋਕ ਲੈਂਦਾ ਵੀ ਇਹ ਕਿਵੇਂ ਬਣੀ ਆ, ਕਿਵੇਂ ਚੀਜ਼ ਬਣੀ ਆ, ਕੀ ਲਾਇਆ ਹੋਇਆ, ਕਿਉਂਕਿ ਵੱਖਰਾ ਜਗਰਾਉਂ 'ਚ ਕਿਤੇ ਹੁਣ ਨੇੜੇ ਤੇੜੇ ਵੀ ਮਤਲਬ ਗਿਣਵੇਂ ਚੁਣਵੇਂ ਲੋਕ ਹੋਣਗੇ ਜਿਨ੍ਹਾਂ ਨੇ ਬਣਾਇਆ ਹੋਊਗਾ, ਪੰਜਾਬ 'ਚ ਵੀ 4-5 ਮਤਲਬ ਹੋਣਗੇ। ਅਤੇ ਜਗਰਾਉਂ ਵਿੱਚ ਲੋਕ ਹੈਰਾਨ ਹੁੰਦੇ ਆ, ਦੇਖਦੇ ਆ, ਖੜ ਖੜ ਕੇ ਦੇਖਦੇ ਆ ਜਿਹਦੇ ਵੀ ਗੇੜੇ ਲਾਉਣੇ ਆ। ਲੋਕਾਂ ਦਾ ਰਿਐਕਸ਼ਨ ਬਹੁਤ ਦੇਖਣ ਨਾਲ ਯੋਗ ਦੇਖਣ ਯੋਗ ਹੁੰਦਾ। ਅਤੇ ਜੇ ਮੈਂ ਅਭੀ ਸਿੱਧੂ ਗੱਲ ਕਰਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਹੋਰ ਤੁਹਾਡੇ ਤੋਂ ਕੋਈ ਨਵਾਂ ਦੇਖਣ ਨੂੰ ਮਿਲੂਗਾ? ਹਾਂਜੀ ਵੀਰੇ, ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਹੋਰ ਜਗਾੜੂ ਕਰਾਂਗੇ, ਕਿਉਂਕਿ ਹਜੇ ਇਹਦਾ ਇਹ ਕੰਮ ਘੁੰਮਾਉਣ ਨਾਲ ਥੋੜ੍ਹਾ ਜਿਹਾ ਤੁਹਾਨੂੰ ਲੱਗਦਾ ਹੋਣਾ ਵੀ ਹਾਂ ਮੋਟਰਸਾਈਕਲ ਦਾ ਲਾ ਤਾਂ ਐਂ ਕਰਤਾ, ਥੋੜ੍ਹਾ ਜਿਹਾ ਹੋਰ ਇੰਜਣ ਆਪਾਂ ਆਪਦਾ ਬਣਾਵਾਂਗੇ ਅਗਲੀ ਵਾਰ, ਅਤੇ ਥੋੜ੍ਹਾ ਜਿਹਾ ਹੌਲੀ ਹੌਲੀ ਕੰਮ ਆਪਾਂ ਸਾਰਾ ਇਹਦਾ ਕਰਾਵਾਂਗੇ, ਥੋੜ੍ਹਾ ਹੋਰ ਦੇਸੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਜਿਹੜਾ ਫਿਰ ਤੁਸੀਂ ਇਹ ਕੰਮ ਹੈ ਅਤੇ ਕੰਮ ਜਿਹੜਾ ਮੋਟਰਸਾਈਕਲ ਨੂੰ ਤਿਆਰ ਕੀਤਾ, ਪਹਿਲਾਂ ਕਿਤੋਂ ਸਿੱਖਿਆ ਕਿ ਮੰਨ ਲਓ ਤੁਹਾਡੇ ਘਰੇ ਬੈਠੇ ਬੈਠੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਇਹਨੂੰ ਯਾਰ ਇਸ ਤਰੀਕੇ ਨਾਲ ਬਣਾਇਆ ਜਾਵੇ? ਇਹ ਵੀਰੇ ਬਾਕੀ ਤਾਂ ਅੱਜ ਕੱਲ੍ਹ ਤਾਂ ਯੂਥ ਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਵੀ ਮੋਟਰਸਾਈਕਲ ਦਾ ਕੀ ਕੰਮ ਹੁੰਦਾ, ਬਾਕੀ ਸਾਡੇ ਯਾਰ ਬੇਲੀ ਜਿੰਨੇ ਵੀ ਅਤੇ ਘਰਦਿਆਂ ਨੇ ਬਹੁਤ ਸਪੋਰਟ ਕੀਤੀ ਆ, ਅਤੇ ਸਾਡੇ ਪਿਤਾ ਜੀ ਬਾਪੂ ਜੀ ਨੂੰ ਉਹਨਾਂ ਨੂੰ ਥੋੜ੍ਹਾ ਮਤਲਬ ਹਿਸਾਬ ਹੈਗਾ ਮੋਟਰਸਾਈਕਲਾਂ ਦਾ, ਅਤੇ ਉਹਨਾਂ ਤੋਂ ਸਲਾਹ ਸਲੂਹ ਲੈ ਕੇ ਸਾਰਾ ਇਹਦਾ ਕੰਮ ਕੀਤਾ, ਬ੍ਰੇਕ ਬਰੂਕ ਸਾਰਾ ਕੁਝ ਸੈੱਟ ਘਰੇ ਕੀਤਾ ਸਾਰਾ ਕੁਝ ਆਪਾਂ। ਅਤੇ ਜੇ ਮੈਂ ਗੱਲ ਕਰਾਂ, ਤੁਸੀਂ ਬੰਬੂ ਕਾਰ ਤਿਆਰ ਕਰ ਲਿਆ, ਜਗਾੜ ਇੱਕ ਕਹਿੰਦੇ ਪੰਜਾਬੀ ਜਗਾੜ ਲਗਾਉਣ 'ਚ ਬੜੇ ਮਾਹਿਰ ਹੁੰਦੇ ਆ, ਅਤੇ ਤੁਸੀਂ ਜਗਾੜ ਵੀ ਲਗਾ ਲਿਆ ਹੈ ਨਾ, ਅਤੇ ਇੰਜਣ ਵੀ ਹੁਣ ਤੁਸੀਂ ਕਹਿ ਰਹੇ ਹੋ ਵੀ ਆਪਦਾ ਤਿਆਰ ਕਰਾਂਗੇ, ਆਪਦਾ ਇੰਜਣ ਆਪਦਾ ਕਿਸ ਤਰ੍ਹਾਂ ਤਿਆਰ ਕਰੋਗੇ ਇੰਜਣ? ਹਾਂਜੀ, ਆਪਦਾ ਅਸੀਂ ਐਂ ਕਰਾਂਗੇ ਨਾ, ਕੋਈ ਮਤਲਬ ਜਿਵੇਂ ਵਿੱਚ ਜਿਹੜਾ ਇੰਜਣ ਸਮਾਨ ਪੈਂਦਾ ਉਹ ਅਸੀਂ ਵੱਖਰੇ ਵੱਖਰੇ ਮੋਟਰਸਾਈਕਲ ਦਾ ਮਿਕਸ ਕਰਕੇ ਕੁਛ ਨਵਾਂ ਤਿਆਰ ਕਰਾਂਗੇ, ਅਤੇ ਉਹਦੇ ਲਈ ਤੁਹਾਨੂੰ ਪਤਾ ਸਹਾਇਤਾ ਦੀ ਵੀ ਲੋੜ ਪੈਣੀ, ਕਿਉਂਕਿ ਅਸੀਂ ਹੁਣ ਇੰਨੇ ਤਾਂ ਹੈ ਨਹੀਂਗੇ, ਅਤੇ ਉਹਦੇ ਲਈ ਆਪਾਂ ਸਹਿਯੋਗ ਪਾ ਕੇ ਸਾਰਾ ਕੁਛ ਕਰਾਂਗੇ, ਇਹਦਾ ਇੰਜਣ ਵੀ ਆਪਾਂ ਆਪ ਬਣਾਵਾਂਗੇ, ਬਾਕੀ ਤਾਂ ਸਾਰਾ ਕੁਝ ਜਗਾੜ ਤੁਹਾਨੂੰ ਪਤਾ ਹੀ ਹੈ, ਟਾਇਰਾਂ ਦਾ ਵੀ ਕੁਛ ਵੱਖਰਾ ਕਰਕੇ ਅਗਲੀ ਵਾਰ ਦਿਖਾਵਾਂਗੇ। ਅਤੇ ਮੰਨ ਲਓ ਅਗਲੀ ਵਾਰੀ ਜਿਹੜੇ ਸਾਨੂੰ ਅਭੀ ਸਿੱਧੂ ਦਿਖਣ ਵਾਲੇ ਆ ਉਹ ਇੱਕ ਵੱਖਰੇ ਜੁਗਾੜ ਦੇ ਨਾਲ ਦਿਖਣ ਵਾਲੇ ਆ, ਅਤੇ ਇੱਕ ਵੱਖਰਾ ਜਿਹੜੇ ਵੱਖਰੀ ਚੀਜ਼ ਲੈ ਕੇ ਆਉਣਗੇ। ਅਤੇ ਜੇ ਮੈਂ ਗੱਲ ਕਰਾਂ ਤਾਂ ਤੁਹਾਡੇ ਇੰਸਟਾ 'ਤੇ ਵੀ ਕਾਫੀ ਫੋਲੋਅਰ ਹੈਗੇ ਹੈ ਨਾ, ਅਤੇ ਉਹਨਾਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ? ਫੋਲੋਅਰਾਂ ਵੱਲੋਂ ਵੀਰੇ ਪਿਆਰ ਬਹੁਤ ਮਿਲ ਰਿਹਾ, ਕਿਉਂਕਿ ਮੈਂ ਹਜੇ ਤੱਕ ਇਹਦੇ ਵਿੱਚ 4-5 ਵੀਡੀਓ ਪਾਈਆਂ ਵਾਂ ਅਤੇ ਉਹ ਵੀ ਮਿਲੀਅਨ ਮਿਲੀਅਨ 'ਚ ਗਈਆਂ ਵਾਂ, ਬਹੁਤ ਲਾਈਕ ਆਉਂਦੇ ਆ, ਲੋਕ ਬਹੁਤ ਮਤਲਬ ਹਾਸੇ ਦੇ ਤੌਰ 'ਤੇ ਵੀ ਲੈਂਦੇ ਆ, ਤਾਂ ਬਹੁਤ ਖੁਸ਼ੀ ਹੁੰਦੀ ਆ ਵੀ ਦੇਖ ਕੇ ਖੁਸ਼ ਹੁੰਦੇ ਆ ਲੋਕ, ਖੁਸ਼ੀ ਮਿਲਦੀ ਆ ਲੋਕਾਂ ਨੂੰ ਦੇਖ ਕੇ। ਅਤੇ ਬਾਕੀ ਆਮ ਨਾਲ ਮੇਰੇ ਵੀਰਾ ਵਾ, ਅਤੇ ਇਹਦੇ ਵੀ ਇਹਨੇ ਵੀ ਵੀਡੀਓਜ਼ ਪਾਈਆਂ, ਅਤੇ ਇਹਦੇ ਵੀ ਆਈਡੀ ਮਤਲਬ ਬੰਬੂ ਕੱਟ ਕਰਕੇ ਇਹਦੇ ਵੀ ਬਹੁਤ ਫੋਲੋਅਰ 5,000 ਆ ਗਏ ਇੱਕ ਹਫ਼ਤੇ ਦੇ ਅੰਦਰ, ਅਤੇ ਅਜੇ ਹੋਰ ਇਹ ਤਰੱਕੀ ਕਰ ਰਿਹਾ, ਇਹਦੇ ਹੋਰ ਮਤਲਬ 2-3 ਮਿਲੀਅਨ ਇਹਦੇ ਵੀਡੀਓ ਨੂੰ ਵਿਊਜ਼ ਆ ਗਏ, 2 ਪਾਈਆਂ ਨੇ ਸਿਰਫ, ਅਤੇ ਬਾਕੀ ਚੱਲੀ ਜਾਂਦਾ ਕੰਮ ਜੀ ਬਸ।